ਵਾਹ ਜੀ ਮਾਸ਼ਾਅੱਲਾ ਜੀ ਹਜ਼ਰਤ ਵੀ ਬਾਕਸਰ ਹੈ ਜੀ ਮਾਸ਼ਾਅੱਲਾ ਉਹ ਜ਼ਬਰਦਸਤ ਜੀ ਹੈ ਉਹ ਮਾਸ਼ਾਅੱਲਾ ਜੀ ਉਹ ਮਾਸ਼ਾਅੱਲਾ ਉਹ ਮਾਸ਼ਾਅੱਲਾ ਇਹ ਜੀ ਕੀ ਹਾਲ ਨੇ ਠੀਕ ਹੋ ਤੇ ਕਿੰਨਾ ਟਾਈਮ ਹੋ ਗਿਆ ਬਈ ਤੁਸੀਂ 3 ਸਾਲ ਹੋ ਗਏ ਡੇਲੀ ਹਾਂ ਉਹ ਮਾਸ਼ਾਅੱਲਾ ਮਾਸ਼ਾਅੱਲਾ ਜੀ ਨਾਸਿਰ ਫਿਟਨੈਸ ਜੀ ਜਿਵੇਂ ਜੀ ਮਾਸ਼ਾਅੱਲਾ ਬਣੀ ਬਿਲਕੁਲ ਦੁਆ ਚੌਕ ਕੇ ਅਤੇ ਇਹਦੇ ਤਲੇ ਯੂਨਾਈਟਿਡ ਬੈਂਕ ਦੇ ਦਿੰਦੇ ਛੇਤੇ ਨਾ ਮਾਸ਼ਾਅੱਲਾ ਹਰ ਕਿਸਮ ਨਾਲ ਜਿਮ ਵਾਸਤੇ ਇਹਦੇ ਹਰ ਚੀਜ਼ ਹੈ ਜੀ ਅਵੇਲੇਬਲ ਜੀ ਉਹ ਮਾਸ਼ਾਅੱਲਾ ਜੀ ਸਾਡੇ ਗ੍ਰਾਂ ਵਾਲੀ ਪਿਆ ਅਸਲਾਮ ਵਾਲੇਕੁਮ ਕੀ ਹਾਲ ਹੈ ਨਾ ਕਦੋਂ ਨਾ ਲੱਗਾ ਪਿਆ ਇੱਧਰ ਕੰਮ ਅਤੇ ਕਿੰਨੇ ਦੇਰ ਕੋ ਇੱਧਰ ਇੱਕ ਘੰਟਾ ਅੱਛਾ ਇੱਕ ਘੰਟੇ ਨੇ ਕੀ ਚਾਰਜ ਤੁਹਾਨੂੰ ਮਰਜ਼ੀ ਹੋਣਾ ਹੈ ਇੱਕ ਘੰਟਾ ਲਾਓ ਦੋ ਘੰਟੇ ਲਾਓ ਹਾਂ ਮਹੀਨੇ ਦੇ ਇਕੱਠੇ ਚਾਰਜਸ ਹੋਣ ਅੱਛਾ ਮਹੀਨੇ ਨੇ ਅੱਛਾ ਜੀ ਇਹ ਕਿਹੜੀ ਵਰਜੋ ਸੀ ਪੇਟ ਅਸੀਂ ਹਾਂ ਅੱਛਾ ਪੇਟ ਅਸੀਂ ਹਾਂ ਜੀ ਓ ਮਾਸ਼ਾਅੱਲਾ ਇਹਨਾਂ ਨੇ ਇੰਤਜ਼ਾਮ ਬਣਾਇਆ ਇਹਨਾਂ ਨੇ ਅਕੈਡਮੀ ਅਸਲਾਮ ਵਾਲੇਕੁਮ ਕੀ ਹਾਲ ਨੇ ਜੀ ਠੀਕ ਹੋ ਅਤੇ 21 ਇੰਤਜ਼ਾਮ ਹੈ ਤੁਹਾਡੇ ਕੋਲ ਮਤਲਬ ਕੋਈ ਬੰਦਾ ਕਦੇ ਇਹ ਜਿਮ ਵਿੱਚ ਆਉਣਾ ਚਾਹੇ ਤਾਂ ਬਈ ਇਸੇ ਕੀ ਚਾਰਜਿਸ ਹੋਣੇ ਅੱਛਾ ਅੱਛਾ ਮਹੀਨਾ ਇੱਕ ਘੰਟਾ ਆਣ ਕੇ ਰੋਜ਼ਾਨਾ ਅੱਛਾ ਜੀ ਅੱਛਾ ਜੀ ਹਜ਼ਾਰ ਰੁਪਏ ਡੋਡ ਕਿਉਂਕਿ ਸਾਡੇ ਕੋਲ ਸਰ ਬਹੁਤ ਸਾਰੇ ਜਾਗੋ ਤੋਂ ਜਿਹੜੇ ਆਏ ਨੇ ਜਿਮ ਨੇ ਬਹੁਤ ਸ਼ੌਕੀਨ ਹੋ ਸਾਡੇ ਕੋਲ ਲੇਕਿਨ ਉਹਨਾਂ ਟ੍ਰੇਨਿੰਗ ਦਾ ਤਾਂ ਨਹੀਂ ਪਤਾ ਯੂਟਿਊਬ ਦੇ ਉਹ ਅੱਗੇ ਪਿੱਛੋਂ ਦੀ ਵੀਡੀਓ ਵੇਖਦੇ ਰਹੇ ਨੇ ਲੇਕਿਨ ਉਹਨਾਂ ਨੇ ਐਂਗਲ ਜਿਹੜਾ ਉਹ ਸਹੀ ਅੱਛਾ ਐਂਗਲ ਸਹੀ ਕਰਾਣੇ ਪਰ ਉਹਨਾਂ ਨੇ ਨਾਲ ਜਿਹੜਾ ਹੈਲਪ ਕੀਤੀ ਹੈਲਪ ਕਰਨੇ ਹੋ ਨਾਲ ਤੁਸੀਂ ਦੱਸ ਦਿੰਦੇ ਕਿ ਤੁਸੀਂ ਮਾਸ਼ਾਅੱਲਾ ਵੀ ਜਿਹੜਾ ਕੋ ਮੁਕਾਬਲੇ ਜੋ ਕਾਬਲੇ ਮੇ ਮੁਕਾਬਲੇ ਸਰਾਂ ਜੁਗਾਂ ਕਿੰਨੇ ਅਸਤੇ ਨਹੀਂ ਕਿਦਾ ਅੱਛਾ ਜਾਣ ਰਹੇ ਆਪੋ ਵਰ ਟਾਈਮ ਨਾ ਮਿਲੇ ਅੱਛਾ ਹਾਂ ਕੰਪੀਟੀਸ਼ਨ ਇਤਨਾ ਨਹੀਂ ਕਿਦਾ ਤੇ ਵੀ ਨਾ ਮੈਂ ਬਾਹਰ ਜਾ ਰਹਾ ਅੱਛਾ ਠੀਕ ਹੈ ਤੇ ਮੈਂ ਕਿੰਨੀ ਇੱਕ ਤਾਦਾਦ ਹੈ ਸਾਡੇ ਕੋਲ ਜਾਗਤ ਅੱਛੀ ਤਾਦਾਦ ਹੈ ਅਲਹਮਦੁਲਿਲਾ ਅੱਛਾ ਅੱਛੀ ਤਾਦਾਦ ਹੈ ਅਲਹਮਦੁਲਿਲਾ ਤੇ ਇਹ ਅਜ਼ਰੋਂ ਨਹੀਂ ਆਨੇ ਨੇ ਜਾਂ ਬਾਹਰੋਂ ਵੀ ਲੋਕ ਆਨੇ ਨੇ ਮਤਲਬ ਖਰੂਸ਼ ਤੇ ਰਹਿੰਦੇ ਜਾਂ ਜਲਾਨੇ ਦਾਣੀ ਸ਼ਿਕੇ ਦਾੜੀਆਂ ਕੁਝ ਗਾਣ ਨੇ ਬਹੁਤ ਸਾਰੇ ਲੋਕ ਅਲਹਮਦੁਲਿਲਾ ਨੇ ਸਵੇਰ ਦੇ ਟਾਈਮ ਜਾਨੇ ਨੂੰ ਸਾਡੇ ਕੋਲ ਅਲਹਮਦੁਲਿਲਾ ਲੇਡੀਜ਼ ਟਾਈਮ ਵੀ ਆਨਾ ਅੱਛਾ 11 ਤੋਂ ਲੈ ਕੇ ਤੇ 3 ਵਜੇ ਤੱਕ ਲੇਡੀਜ਼ ਟਾਈਮ ਹੋਣਾ ਸਾਡੇ ਸਵੇਰ ਸਵੇਰ 5:30 ਵਜੇ ਕਲੱਬ ਖੁੱਲਣਾ ਹੈ ਅੱਛਾ 5:30 ਵਜੇ ਇਹ ਲੇਡੀਜ਼ ਟਾਈਮ ਸਵੇਰ 5:30 ਤੋਂ 9:11 ਵਜੇ ਤੱਕ ਮੈਂ ਟਾਈਮ ਹੀ ਮਰਦ ਨਹੀਂ ਹੈ ਤੇ 11 ਤੋਂ 3 ਵਜੇ ਤੱਕ ਜਿਹੜਾ 4 ਘੰਟੇ ਹੀ ਲੇਡੀਜ਼ ਟਾਈਮ ਲੇਡੀਜ਼ ਦਾ ਤੋਂ ਲੇਡੀਜ਼ ਦੇ ਤੁਸੀਂ ਆਪਣੇ ਵਰਕ ਕੋਲ ਰੱਖੇ ਲੇਡੀਜ਼ ਵੀ ਹੈ ਲੇਡੀਜ਼ ਵੀ ਅੱਛਾ ਜਿਹੜੇ ਜਿਮ ਕਰਾਣੇ ਦੇ ਅਲੱਗ ਅੱਛਾ ਤੇ ਫੀਸੀ ਹੈ ਸੇਮ ਹੀ ਹੈ ਸੇਮ ਫੀਸੀ3-4 ਗੇਮ ਟਾਈਮਿੰਗ ਮਾਰੀ ਜਿਸ ਤਰ੍ਹਾਂ ਡਿਸਕਾਊਂਟ ਕਰਕੇ ਬਿਲਕੁਲ ਹਾਂ ਬਿਲਕੁਲ ਤਾਵਨ ਕਰਨੇ ਪਏ ਆਪਣੇ ਛਾਛੀਆਂ ਨਾਲ ਜਿੰਨੇ ਅੱਛਾ ਇਹ ਅੱਗੇ ਇਹ ਕਿਹੜਾ ਜੀ ਅੱਛਾ ਕਿਸਾ ਸੀ ਚੋੜਿਆਂ ਵਾਸਤੇ ਉਹ ਅੱਛਾ ਚੋੜਿਆਂ ਵਾਸਤੇ ਬਿਲਕੁਲ ਮਾਸ਼ਾਅੱਲਾ ਜੀ ਅੱਗੇ ਇਹ ਆ ਗਏ ਜੀ
ਬੈਗ ਬੈਕਸ ਅੱਛਾ ਬੈਗ ਸਾਡੇ ਕੋਲ ਅੱਛਾ ਬੈਗ ਮੈਂ ਫਿਰ ਹੀ ਅੱਗੇ ਬਟਰਫਲਾਈ ਆ ਬਟਰਫਲਾਈ ਚੈਸ ਬਟਰਫਲਾਈ ਅੱਛਾ ਅੱਛਾ ਜੀ ਦਾ ਇਹ ਵੀ ਚੈਸ ਨੂੰ ਅੱਛਾ ਜੀ ਇਹ ਦੋ ਨਾਲ ਨਾਲ ਜਿਹੜਾ ਹੈ ਸਾਰੇ ਬੰਦਿਆਂ ਦੱਸਿਆ ਨੇ ਬਈ ਕੀ ਕਰਨਾ ਕੀ ਨਹੀਂ ਹੈ ਜੀ ਮਾਸ਼ਾ ਖਿਆਲ ਅੱਛਾ ਛਾਤੀ ਇਹ ਕਈ ਅਸੀਂ ਆ ਗਏ ਚੌੜਿਆ ਇਹ ਵੀ ਸੇਮ ਆ ਸ਼ੋਲਡਰ ਸਾਹਮਣੇ ਇਹ ਮਲਟੀਪਲ ਗੇਮ ਆ ਅੱਛਾ ਮਲਟੀਪਲ ਸਾਰੇ ਗਾ ਇਸ ਨਾਲ ਬਾਤ ਹੈ ਵੇਟ ਉਤੇ ਪਹਿਲਾ ਆ ਕੀ ਪਲੇਟ ਹਿਸਾਬ ਦਾ ਫੋਟੋ ਵਿੱਚ ਆ ਕੀ ਹੁਣ ਕਿੰਨਾ ਵੇਟ ਹੈ ਪਰ ਪਲੇਟ ਇਸ ਨੂੰ 6 ਕਿਲੋ ਨਹੀਂ ਹੈ 6 ਕਿਲੋ ਵਾਲੀ ਅੱਛਾ ਵੇਟ ਚੇਂਜ 15 ਪਰ ਪਲੇਟ ਹੋਣ ਅੱਛਾ ਤੁਸੀਂ ਆਪਣੀ ਮਰਜ਼ੀ ਨਾਲ ਅੱਛਾ ਇਹ ਹੈ ਕੋ ਜਿੰਨੇ ਨਵੇਂ ਨਵੇਂ ਚਾਹੋ ਕੋਨੇ ਕਾਫੀ ਸ਼ੋਲਡਰ ਨਹੀਂ ਆ ਅੱਛਾ ਅੱਛਾ ਹਾਂ ਵਿੰਗਸ ਵਾਸਤੇ ਬੈਕ ਵਾਸਤੇ ਜ਼ਬਰਦਸਤ ਸ਼ੋਲਡਰ ਨਹੀਂ ਆ ਮਾਸ਼ਾ ਜ਼ਬਰਦਸਤ ਜੀ ਮਾਸ਼ਾ ਟ੍ਰੈਨਿੰਗ ਜੀ ਇਹ ਬਾਤ ਇਸ ਬੋਕਸਰ ਵੀ ਬਾਣਵਾ ਨੇ ਯਾਨੀ ਓ ਮਾਸ਼ਾ ਅੱਲਾ ਗਰਮ ਕਰਨੇ ਮਾਸ਼ਾਅੱਲਾ ਤੁਸਾਂ ਛਾ ਛਿਆ ਬਹੁਤ ਅਜ਼ਰਵਾਲ ਆਸੇ ਜਿਹੜਾ ਨਿਜ਼ਾਮ ਰੱਖਿਆ ਜਾਂ ਰੱਖੇ ਮੈਂ ਸਿਹਤਮੰਦ ਜਿਹੜਾ ਜਾਨੀ ਵਾਲੇ ਬਣਾਉਂਦਾ ਹਾਂ ਜੀ ਅਤੇ ਇਸ ਮਤਲਬ ਇੱਕ ਬਾਡੀ ਬਿਲਡਰ ਅਸੀਂ ਖਾਣੇ ਦੇ ਵਿੱਚ ਕੀ ਤਰਤੀਬ ਹੋਣੀ ਚਾਹੀਦੀ ਕੋਸ਼ਿਸ਼ ਕਰਨੇ ਕਿ ਤੁਸੀਂ ਜਿਹੜਾ ਮਿੱਠੇ ਵਗੈਰਾ ਸਵੀਟ ਜਿੰਨੀਆਂ ਵੀ ਚੀਜ਼ਾਂ ਨੇ ਉਹ ਤੁਸੀਂ ਛੋੜੀਆਂ ਪੈਣੀਆਂ ਸਵੀਟ ਛੋੜਨੇ ਪੈਣੀਆਂ ਸਵੀਟ ਚਾਵਲ ਜੇ ਉਹ ਬਾਹਰ ਨਹੀਂ ਜਿੱਦੀਆਂ ਰੋਟੀਆਂ ਨਹੀਂ ਛੋੜੀਆਂ ਪੈਣੀਆਂ ਤੁਸੀਂ ਆਪਣਾ ਵੱਖਰਾ ਮਾਹੌਲ ਬਣਾ ਕੇ ਰਹਿਣਾ ਪੈਣਾ ਅੰਡੇ ਵਿੱਚ ਵਾਈਟ ਯਾ ਲੋਬੀਏ ਕੋ ਸਤੇ ਮਤਲਬ ਬਾਲ ਕੇ ਤੁਸੀਂ ਖਾ ਸਕਦੇ ਹੋ ਕੀਮਾ ਵਗੈਰਾ ਇਹ ਵੀ ਕੋਸ਼ਿਸ਼ ਕਰਨੀ ਜਾਂ ਚਿਕਨ ਵਗੈਰਾ ਹੋ ਗਏ ਸਲਾਦ ਵਗੈਰਾ ਹੋਣਾ ਸਲਾਦ ਵਗੈਰਾ ਇਸ ਤਰ੍ਹਾਂ ਹੋਣਾ ਥੋੜ੍ਹੀ ਸਕਿਨ ਦੇ ਨਾਲ ਸਾਫ਼ ਹੋਣੀ ਜੀ ਨਾਲ ਤੁਸੀਂ ਗੇਮ ਲਾਉਣੇ ਰਹਿੰਦੇ ਹੋ ਬਾਲ ਚਿਕਨ ਵਗੈਰਾ ਹੀ ਖਾਣੇ ਰਹਿੰਦੇ ਹੋ ਕਿ ਤੁਸੀਂ ਜਿਸਮ ਮਤਲਬ ਠੀਕ ਵੀ ਰੱਖਣਾ ਔਰ ਸਕਿਨ ਸਾਫ਼ ਹੋਣੀ ਰਹਿੰਦੀ ਨਾਲ ਤੁਸੀਂ ਸਲਾਦ ਵਗੈਰਾ ਉਹ ਬਹੁਤ ਜ਼ਬਰਦਸਤ ਸੀ ਜੋ ਸਕਿਨ ਬੋਡੀ ਬਿਲਡਰ ਸਕਿਨ ਸਾਫ਼ ਹੋਣੀ ਬਹੁਤ ਜ਼ਰੂਰੀ ਹੈ ਜਿਸ ਸਕਿਨ ਸਾਫ਼ ਹੋ ਸੀ ਤੁਹਾਡਾ ਪਸੰਦ ਮਾਸ਼ਾਅੱਲਾ ਤੇ ਬੜੀ ਮਿਹਰਬਾਨੀ ਜੀ ਤੁਹਾਡੀ ਅਤੇ ਜਿਹੜਾ ਤੁਸੀਂ ਆਪਣੇ ਇਲਾਕੇ ਮਤਲਬ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਨੇ ਨਾ ਅਤੇ
ਜਿਸ ਭਾਈਆਂ ਕਦੇ ਜ਼ਰੂਰਤ ਹੋਵੇ ਤਾਂ ਆ ਨਾ ਬਿਲਕੁਲ ਸੁਬਹ ਤੋਂ ਮਤਲਬ ਸ਼ਾਮੀ ਤੱਕ ਹੋਣੇ ਤੁਸੀਂ ਹਾਂ ਸੁਬਹ ਰਾਤੀ 11 ਵਜੇ ਤੱਕ ਨਹੀਂ ਅੱਛਾ 11 ਤੋਂ ਬਾਅਦ ਬੰਦ ਹੋਣਾ ਹੈ ਸ਼ਾਮੀ ਹੋਏ ਕਿਸ ਟਾਈਮ ਬੰਦ ਹੋ ਬਹੁਤ ਜ਼ਬਰਦਸਤ ਬੜੀ ਮਿਹਰਬਾਨੀ ਜੀ ਮਾਸ਼ਾ ਓਕੇ ਜੀ ਅੱਲਾ ਹਾਫਿਜ਼ ਮਾਸ਼ਾ ਅੱਲਾ ਜੀ ਕੋਈ ਵੀ ਹੋਵੇ ਤਾਂ ਕਰਨਾ ਚਾਹੇ ਅਗਰ ਜੈਮ ਤਾਂ ਇੱਧਰ ਬਿਲਕੁਲ ਯੂਨਾਈਟਡ ਬੈਂਕ ਹੈ ਹਜ਼ਰੋ ਦੁਆ ਚੌਕ ਸੋਰੀ ਅਭੀ ਅਲਾਈਡ ਬੈਂਕ ਹੈ ਅਤੇ ਇਸ ਛੱਤੇ 'ਤੇ ਪੁਰਾਣਾ ਯੂਨਾਈਟਡ ਬੈਂਕ ਔਰ ਮੌਜੂਦਾ ਇੱਧਰ ਜਿਹੜਾ ਹੈ ਤਲੇ ਅਲਾਈਡ ਬੈਂਕ ਹੈ ਇਸਨੇ ਛੱਤ ਨੇ ਉੱਤੇ ਇਹ ਜੈਮ ਹੈ ਜੀ ਮਾਸ਼ਾ ਕਾਫੀ ਤਾਦਾਦ ਹੈ ਲੋਕ ਇੱਧਰ ਆਨੰਦ ਮਾਸ਼ਾ ਬਹੁਤ ਜ਼ਬਰਦਸਤ ਓਕੇ ਜੀ ਅੱਲਾ ਹਾਫਿਜ਼।